ਸੱਤ ਰੁਪਏ ਦੀ ਚੀਜ਼ ਦੇ ਸਰਕਾਰ ਨੇ 38 ਰੁਪਏ ਜਾਰੀ ਕੀਤੇ ਆ, ਕਿਤੇ 38 ਕੀਤੇ ਆ, ਕਿਤੇ 21 ਕੀਤੇ ਆ, ਅਤੇ ਕਿਤੇ 19 ਕੀਤੇ ਆ, ਮਤਲਬ ਗੱਲ ਤਾਂ ਫਿਰ ਠੀਕ ਹੈ। ਮੇਰਾ ਭਾਰਤ ਮਾਨ 100 ਮੇਂ 99 ਬੇਈਮਾਨ। ਪੰਜਾਬ ਨੂੰ ਤਾਂ ਬਣਾ ਦਿੰਦਾ ਲੋਕਾਂ ਕੰਗਲਾ ਹੀ, ਜਿਹਨੂੰ ਹੱਥ ਲਾਉਂਦੇ ਆ ਰੋਜ਼ ਤੁਸੀਂ ਕੱਢਦੇ ਜੇ ਨਵੇਂ ਤੋਂ ਨਵਾਂ ਭੰਡਾਰੀ ਸਾਹਿਬ, ਮੈਂ ਤਾਂ ਵੇਖ ਕੇ ਹੈਰਾਨ ਹੋ ਜਾਂਦਾ ਗੁਰਦੇਵ, ਵੀ ਆ ਕਿੱਥੋਂ ਐਡੇ ਸਕੈਂਡਲ ਕੱਢੀ ਜਾਣ ਡੇ ਜੇ, ਰੋਜ਼ ਹੀ ਕੋਈ ਸਕੈਂਡਲ 100 ਕਰੋੜ ਤੋਂ ਥੱਲੇ ਦਾ ਨਹੀਂ ਜੀ। ਨਵੀਂ ਨਵੀਂ ਸਰਕਾਰ ਆਈ ਜਾਂਦੀ, ਬਦਲਾਵ ਵਾਲੀ ਸਰਕਾਰ ਆ ਗਈ ਜੀ, ਬਦਲਾਵ ਵਾਲੀ ਸਰਕਾਰ, ਪੰਜਾਬ 'ਚ ਬਦਲਾਵ ਦਾ ਨਾਰਾ ਦੇਣ ਵਾਲੀ ਸਰਕਾਰ, ਕੀ ਇਹਦੇ ਉੱਤੇ ਕੋਈ ਕਾਰਵਾਈ ਕਰੇਗੀ? ਕਿ ਉਹਨਾਂ ਨੂੰ ਪਤਾ ਲੱਗਿਆ ਵੀ ਸਰਕਾਰ ਨਾਲ ਕੰਟਰੈਕਟ ਤਾਂ 74 ਰੁਪਏ ਦਾ ਹੋਇਆ 10 ਗੋਲੀਆਂ ਦਾ, ਅਤੇ ਅਸੀਂ ਪਾਸ ਕਰ ਰਹੇ ਹਾਂ ਬਿੱਲ ਜਿਹੜਾ 380 ਅੰਡਰ ਟੇਬਲ ਚੱਲਦਾ ਹੋਣਾ ਨਾ, ਕਿਸੇ ਦੀ ਮਜ਼ੂਰੀ ਲੱਗ ਕੇ ਕੀਤਾ ਹੋਊਗਾ ਨਾ ਜੀ। ਉਹਨੇ ਕਿਹਾ ਤਾਂ ਹੁਣ ਅਸਾਲਟ ਮਹਿੰਗਾ ਹੋ ਗਿਆ, ਮੈਂ ਨਹੀਂ ਤੁਹਾਨੂੰ ਇੰਨੇ ਨਹੀਂ ਦੇ ਸਕਦਾ, ਅਤੇ ਨਵਾਂ ਕੰਟਰੈਕਟ ਕਰ ਲੈਂਦੇ। ਆਹੋ ਦੇਖੋ, ਆਪਾਂ ਨਵਾਂ ਟੈਂਡਰ ਫਲੋਟ ਕਰ ਲੈਂਦੇ, ਕਿਸੇ ਦੇ ਪਿਓ ਦਾ, ਇਹਨਾਂ ਦੇ ਪਿਓ ਦਾ ਮਾਲ ਹੈ, ਜਨਤਾ ਦੇ ਦਿੱਤੇ ਟੈਕਸ ਦੇ ਪੈਸੇ ਦੀ ਤੁਸੀਂ ਕਿਆ ਕਰਨ ਦੇ ਹੋ, ਅਤੇ ਪੰਜਾਬ ਕਰਜ਼ਦਾਰ ਨਾ ਹੋਵੇ ਅਤੇ ਕੀ ਹੋਵੇ? ਪੰਜਾਬ ਦਾ ਨੌਜਵਾਨ ਬਾਹਰ ਨਾ ਜਾਵੇ ਅਤੇ ਕੀ ਕਰੇ? ਪਹਿਲਾਂ ਦੇ ਉਹ ਅਧਿਕਾਰੀ ਜਿਹੜੇ ਆ ਉਹਨਾਂ 'ਤੇ ਵੀ ਪਰਚਾ ਬੰਦਾ ਜੀ, ਵੀ ਜਿਹਨਾਂ ਨੇ ਵੱਧ ਦੇ ਬਿੱਲ ਕਿਹਦੀ ਮਨਜ਼ੂਰੀ ਨਾ ਦਿੱਤੇ ਉਹਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਦੀਪਕ ਭੰਡਾਰੀ, ਅਤੇ ਤੁਸੀਂ ਦੇਖ ਰਹੇ ਹੋ D4 ਨਿਊਜ਼, ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ, ਤੁਹਾਡਾ ਸਵਾਗਤ ਹੈ। ਪੰਜਾਬੀ 'ਚ ਕਹਾਵਤ ਹੈ ਕਿ ਅੰਨੀ ਪੀਏ ਅਤੇ ਕੁੱਤਾ ਚੱਟੇ। ਇਹ ਕਹਾਵਤ ਬਿਲਕੁਲ ਅੱਜ ਦੇ ਮਾਹੌਲ ਦੇ ਵਿੱਚ ਠੀਕ ਹੋ ਰਹੀ ਹੈ, ਕਿਉਂਕਿ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਪੰਜਾਬ ਦੀ ਬਾਗਡੋਰ ਦਿੱਤੀ ਹੋਈ ਹੈ, ਜੇ ਇਹੋ ਹੀ ਲੋਕ ਸਾਡੇ ਭਵਿੱਖ ਨਾਲ ਖਿਲਵਾੜ ਕਰਨ ਲੱਗ ਪੈਣ ਤਾਂ ਫਿਰ ਲੋਕ ਆਖਿਰਕਾਰ ਜਾਣਗੇ ਕਿੱਥੇ। ਇਹਨਾਂ ਦਾ ਕੰਮ ਤਾਂ ਇਹ ਕਿ ਪੰਜਾਬ ਲਈ ਵਧੀਆ ਨੀਤੀਆਂ ਬਣਾਉਣਾ, ਪੰਜਾਬ ਦੇ ਨੌਜਵਾਨ ਨੂੰ ਸਹੀ ਰਾਹ 'ਤੇ ਲੈ ਕੇ ਜਾਣਾ, ਅਤੇ ਨਸ਼ੇ 'ਤੇ ਠੱਲ ਪਾਉਣਾ, ਅਤੇ ਜਿਹੜਾ ਮਾਫੀਆ ਚੱਲ ਰਿਹਾ ਉਸ ਨੂੰ ਖਤਮ ਕਰਨਾ। ਪਰ ਇਹ ਤਾਂ ਦੋਵੇਂ ਹੱਥਾਂ ਦੇ ਨਾਲ ਲੁੱਟਣ ਲੱਗ ਗਏ ਆਪਣਾ ਹਿੱਸਾ ਪੱਤੀ ਇਹਨਾਂ ਨੇ ਪਾਲਿਆ, ਭਾਵੇਂ ਲੋਕਲ ਬਾਡੀ ਡਿਪਾਰਟਮੈਂਟ ਹੋਵੇ ਅਤੇ ਭਾਵੇਂ ਹੋਵੇ ਹੈਲਥ ਡਿਪਾਰਟਮੈਂਟ। ਅਸੀਂ ਪਹਿਲੇ ਕਈ ਵਾਰੀ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਠੇਕੇਦਾਰ ਅਤੇ ਅਫਸਰ ਅਤੇ ਲੀਡਰ ਰਲ ਕੇ ਇੱਕ ਬਹੁਤ ਔਰਗਨਾਈਜ਼ਡ ਕ੍ਰਾਈਮ ਚਲਾ ਰਹੇ ਨੇ। ਅੱਜ ਅਸੀਂ ਗੱਲ ਕਰਾਂਗੇ ਸਿਹਤ ਡਿਪਾਰਟਮੈਂਟ ਦੀ, ਖਾਸ ਕਰਕੇ ਨਸ਼ੇ ਦੀ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਪਿਛਲੇ ਸਾਲ ਕਿ ਮੈਂ 15 ਅਗਸਤ ਯਾਨੀ ਕਿ ਹੁਣ ਇਸ ਵਾਰੀ 15 ਅਗਸਤ ਤੋਂ ਨਸ਼ਾ ਪੰਜਾਬ 'ਚੋਂ ਮੁਕਾ ਦਿਆਂਗਾ। ਪਰ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਮੁੱਖ ਮੰਤਰੀ ਸਾਹਿਬ ਤੁਸੀਂ ਜੋ ਮਰਜ਼ੀ ਕਰ ਲਓ, ਪੰਜਾਬ ਦੇ ਵਿੱਚੋਂ ਚਿੱਟਾ ਮੁੱਕਣਾ ਨਹੀਂ ਹੈ। ਹੁਣ ਅੱਜ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਜਿਹੜੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਗੋਲੀ ਦਿੱਤੀ ਜਾਂਦੀ ਹੈ, ਸਰਕਾਰ ਨੇ ਉਸਦਾ ਕੰਟਰੈਕਟ ਕੀਤਾ ਸੀ ਇੱਕ ਕੰਪਨੀ ਹੈ ਆਰਬਰ ਬਾਇਓਟੈਕ, ਉਹਦੇ ਕੋਲੋਂ ਖਰੀਦੇਗੀ 7 ਰੁਪਏ 40 ਪੈਸੇ ਦੀ ਇੱਕ ਗੋਲੀ, ਅਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਉਹਨੂੰ ਪੇਮੈਂਟ ਕਿੰਨੇ ਦੀ ਕੀਤੀ ਗਈ, 38 ਰੁਪਏ ਪ੍ਰਤੀ ਗੋਲੀ। ਇਹ ਪੂਰੀ ਤੁਹਾਨੂੰ ਇੱਕ ਇੱਕ ਗੱਲ ਦੀ ਜਾਣਕਾਰੀ ਦਿਆਂਗੇ ਕਿ ਘੁਟਾਲਾ ਕਿਸ ਤਰ੍ਹਾਂ ਚੱਲ ਰਿਹਾ। ਇੰਨਾ ਹੀ ਨਹੀਂ, ਇਹ ਸਰਕਾਰਾਂ ਉਸ ਬੰਦੇ ਦੇ ਉੱਤੇ ਇੰਨੀਆਂ ਮਿਹਰਬਾਨ ਸਨ ਕਿ ਉਹਨੂੰ ਹੀ ਨਸ਼ਾ ਜਿਹੜੇ ਛੁਡਾਉਣ ਦੇ ਕੇਂਦਰ ਹੁੰਦੇ ਨੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 2 ਦਰਜਨ ਤੋਂ ਵੱਧ ਉਹਨੂੰ ਨਸ਼ਾ ਛੁਡਾਊ ਕੇਂਦਰ ਵੀ ਅਲਾਟ ਕਰ ਦਿੱਤੇ ਗਏ। ਕੈਗ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ, ਪਰ ਸਭ ਜਿਹੜੇ ਨੇ ਚੁੱਪ ਨੇ, ਕਿਉਂਕਿ ਹਰ ਬੰਦੇ ਨੂੰ ਆਪਣਾ ਹਿੱਸਾ ਮਿਲ ਰਿਹਾ। ਮੇਰੇ ਨਾਲ ਸਾਰੇ ਸਾਥੀ ਰਾਕੇਸ਼ ਸ਼ਰਮਾ ਸ਼ਾਮੇ, ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਮਾ ਜੀ, ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਸਾਲ 2023 ਦੇ ਵਿੱਚ 15 ਅਗਸਤ ਨੂੰ ਐਲਾਨ ਕੀਤਾ ਸੀ ਕਿ ਮੈਂ 1 ਸਾਲ ਦੇ ਵਿੱਚ ਚਿੱਟਾ ਖਤਮ ਕਰ ਦਿਆਂਗਾ। ਦੇਖੋ ਇਸ ਦਿਨ 15 ਅਗਸਤ ਤੋਂ ਆਉਣ ਨੂੰ ਮੇਰਾ ਖਿਆਲ 7-8 ਦਿਨ ਰਹਿ ਗਏ, ਠੀਕ ਹੈ ਜੀ। ਅਤੇ ਰਾਕੇਸ਼ ਜੀ, ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜਿਹੜੀ ਗੋਲੀ ਦੇਣੀ ਹੁੰਦੀ ਹੈ ਉਹ ਸਰਕਾਰ ਦਾ ਮਤਲਬ ਇਹ ਹੁੰਦਾ ਵੀ ਕਿ ਉੱਥੇ ਜਿਹੜੇ ਨੌਜਵਾਨ ਆਉਂਦੇ ਆ ਉਹਨਾਂ ਨੂੰ ਨਸ਼ਾ ਛੁਡਾਉਣਾ ਹੈ, ਪਰ ਇਹ ਤਾਂ ਨਸ਼ਾ ਲਾ ਰਹੇ ਆ ਉਹਦੇ ਇੱਥੇ, ਤਾਂ ਬਾਅਦ 'ਚ ਆਉਂਦੇ ਵੀ ਕਿੰਨੇ ਨੌਜਵਾਨ ਰਾਕੇਸ਼ ਜੀ ਗੋਲੀਆਂ ਖਾ ਰਹੇ ਨੇ। ਪਰ ਮੈਂ ਪਹਿਲੇ ਚਾਹਾਂਗਾ, ਇੱਕ ਆਰਬਰ ਬਾਇਓਟੈਕ ਹੈ, ਉਹਨੇ ਸਰਕਾਰ ਦੇ ਨਾਲ ਮਿਲ ਕੇ, ਸਰਕਾਰ ਦੇ ਨਾਲ ਨਹੀਂ, ਉਸ ਵੇਲੇ ਦੇ ਮੰਤਰੀ ਸਾਹਿਬਾਨਾਂ ਨਾਲ ਅਤੇ ਅਫਸਰਾਂ ਦੇ ਨਾਲ ਮਿਲ ਕੇ ਕਿੰਨਾ ਕਰੋੜਾਂ ਰੁਪਏ ਦਾ ਨੁਕਸਾਨ ਪੰਜਾਬ ਨੂੰ ਪਹੁੰਚਾਇਆ।
ਸੱਤ ਰੁਪਏ ਦੀ ਚੀਜ਼ ਦੇ ਸਰਕਾਰ ਨੇ 38 ਰੁਪਏ ਜਾਰੀ ਕੀਤੇ ਹੈ, ਕਿਤੇ 38 ਕੀਤੇ ਹੈ, ਕਿਤੇ 21 ਕੀਤੇ ਹੈ, ਅਤੇ ਕਿਤੇ 19 ਕੀਤੇ ਹੈ। ਮਤਲਬ ਗੱਲ ਤਾਂ ਫਿਰ ਠੀਕ ਹੈ, ਮੇਰਾ ਭਾਰਤ ਮਾਨ 100 ਮੈਂ ਸੇ 99 ਬੇਈਮਾਨ। ਭੰਡਾਰੀ ਸਾਹਿਬ ਤੁਹਾਡੀ ਗੱਲ ਠੀਕ ਆ, ਜਦੋਂ 100-100 ਕਰੋੜ ਦੇ ਘਟਾਲੇ ਜਿੱਧਰ ਅਸੀਂ ਹੱਥ ਲਾਉਂਦੇ ਉੱਥੇ ਘਟਾਲਾ ਜੀ, ਅਤੇ ਇੱਕ ਬੰਨੇ ਨਸ਼ਾ ਖਤਮ ਕਰਨ ਦੇ ਜੇ ਚਿੱਟਾਂ ਦੇ ਖਤਮ ਕਰਨਾ ਤਾਂ ਉਹ ਵੀ ਦੂਜਾ ਨਸ਼ਾ ਲਾਤਾ ਜੀ, ਨਸ਼ਾ ਛੱਡਾਓ, ਦੱਸੋ ਵੀ ਕਿੰਨੇ ਬੰਦੇ ਇਹਦੇ ਨਾਲ ਠੀਕ ਹੋਏ। ਉਹ ਵੀ ਕਦੀ ਡਾਟਾ ਕੱਢਿਆ ਕਰੋ ਨਾ ਜੀ, ਵੀ ਇੰਨੇ ਬੰਦੇ ਗੋਲੀ ਛੱਡ ਹੀ ਗਏ, ਹੁਣ ਖਾਂਦੇ ਛੱਡ ਗਏ। ਔਰ ਕੇ ਜੀ ਤੁਹਾਨੂੰ ਦੱਸ ਦਿਆਂ ਮੈਂ, ਰੋਜ਼ ਦੀ 8.5-9 ਲੱਖ ਬੰਦਾ ਗੋਲੀ ਖਾਂਦਾ ਜੇ, ਅਤੇ ਰਿਪੋਰਟ ਜਿਹੜੀ ਆਈ ਨਾ, ਸਿਰਫ 4-5 ਹਜ਼ਾਰ ਬੰਦੇ ਨੇ ਛੱਡੀ ਗਏ। ਉਹ ਵੀ ਤੜਫਦੇ ਫਿਰਦੇ, ਨਸ਼ੇ ਉੱਧਰ ਨਾ ਲੱਗ ਗਏ ਅਤੇ ਨਸ਼ਾ ਉੱਧਰ ਲੱਗ ਗਏ ਜੀ। ਅਤੇ ਜਿਹੜੇ ਆਹ ਗੋਲੀਆਂ ਵੇਚਣ ਵਾਲੇ ਸੀ, ਨਸ਼ੇ ਦੇ ਸਪਲਾਇਰ ਸੀ, ਆਹ ਗੋਲੀਆਂ ਦੇ ਸਪਲਾਇਰ, ਨਸ਼ਾ ਛੱਡਾਊ ਗੋਲੀਆਂ ਦੇ, ਅਤੇ ਇਹ ਵਪਾਰੀ ਅਰਬਪਤੀ ਹੋ ਗਏ ਜੀ, ਫਿਰ ਕਿੱਦਾਂ ਬਣੂ ਸਾਡਾ ਰੰਗਲਾ ਪੰਜਾਬ? ਪੰਜਾਬ ਨੂੰ ਤਾਂ ਬਣਾ ਦਿੰਦਾ ਲੋਕਾਂ ਕੰਗਲਾ ਸੀ ਜਿਹਨੂੰ ਹੱਥ ਲਾਉਂਦੇ ਆ ਰੋਜ਼ ਤੁਸੀਂ ਕੱਢਦੇ ਜੇ ਨਵੇਂ ਤੋਂ ਨਵਾਂ ਭੰਡਾਰੀ ਸਾਹਿਬ, ਮੈਂ ਤਾਂ ਵੇਖ ਕੇ ਹੈਰਾਨ ਹੋ ਜਾਂਦਾ ਗੁਰਦੇਵ, ਵੀ ਆਹ ਕਿੱਥੋਂ ਏਡੇ ਏਡੇ ਸਕੈਂਡਲ ਕੱਢੀ ਜਾਣ ਡੇ ਜੇ, ਰੋਜ਼ ਹੀ ਕੋਈ ਸਕੈਂਡਲ 100 ਕਰੋੜ ਤੋਂ ਥੱਲੇ ਦਾ ਨਹੀਂ ਜੀ। ਨਵੀਂ ਨਵੀਂ ਸਰਕਾਰ ਆਈ ਜਾਂਦੀ, ਬਦਲਾਅ ਵਾਲੀ ਸਰਕਾਰ ਆ ਗਈ ਜੀ, ਇਹਨਾਂ ਦੇ ਕੰਮ ਹੀ ਚੰਗੇ ਕੀਤੇ, ਪੁਰਾਣੇ ਮੰਤਰੀਆਂ ਦੇ ਕਈ ਸਕੈਂਡਲ ਖੋਲ੍ਹਤੇ ਜੀ, ਅਤੇ ਜਦੋਂ ਦਾ ਸਮਝੌਤਾ ਹੋ ਗਿਆ ਇਹ ਭੁੱਲ ਹੀ ਗਏ ਵੀ ਸਕੈਂਡਲ ਖੋਲ੍ਹਣੇ, ਚਲੋ ਇਹਨਾਂ ਦੇ ਛੱਡ ਕੇ ਉਹ ਅਕਾਲੀਆਂ ਦੇ ਖੋਲ੍ਹ ਦਿਓ ਜੀ, ਬੀਜੇਪੀ ਵਾਲਿਆਂ ਕਿਸੇ ਦੇ ਖੋਲ੍ਹ ਦਿਓ, ਉਹਨਾਂ ਵੀ ਤਾਂ ਕੀਤੇ ਨਾ, ਸਾਰਿਆਂ ਨੇ ਕੀਤੇ ਆ, ਇਹ ਹੁਣ ਪੁਰਾਣੀਆਂ ਸਰਕਾਰਾਂ ਵੇਲੇ ਦਾ ਸਕੈਂਡਲ ਹੈਗਾ ਜੀ, ਅਤੇ ਗਾਂਹ ਹੁਣ ਵੀ ਚੱਲਦਾ ਉਹ ਕਿੰਨਾ, ਇਹ ਤਾਂ ਕੈਗ ਦੀ ਰਿਪੋਰਟ ਅਸੀਂ ਜਿਹੜੀ ਆ ਉਹ ਦੱਸਣ ਡੇ ਹਾਂ 2017 ਦੀ ਜੀ, 2017 ਦੀ ਤਰਕੇ ਜੀ, ਕੈਗ ਦੀ ਰਿਪੋਰਟ ਦੇਖੋ 2017 ਦੀ ਆਈ ਜੇ, ਅਤੇ 2024 ਅਗਸਤ ਚੱਲ ਰਿਹਾ, ਸੁੱਤੇ ਪਏ ਸਾਰੇ, 5 ਸਾਲ ਲੰਘ ਗਏ ਕੈਪਟਨ ਸਰਕਾਰ ਦੇ। ਮੰਤਰੀ ਨੇ ਉਸ ਵੇਲੇ ਦੇ ਸੈਕਟਰੀ ਨੂੰ ਹੁਕਮ ਜਾਰੀ ਕੀਤੇ ਵੀ ਇਹ ਸਾਰੇ ਘਪਲੇ ਦੀ ਜਾਂਚ ਕਰਾ, 100 ਕਰੋੜ ਦਾ ਘਪਲਾ ਜੀ, ਅਤੇ ਉਹ ਘਪਲੇ ਦਾ ਬਣਿਆ ਕੀ ਕਿਸੇ ਨੂੰ ਪਤਾ ਹੀ ਨਹੀਂ ਅੱਜ ਤੱਕ, ਮਤਲਬ ਇਹ ਬੰਦੇ ਦੀ ਇੰਨੀ ਜਲਦੀ ਆ। ਕੰਪਨੀ ਹੈਗੀ ਜੇ ਆਰਬਰ ਬਾਇਓਟੈਕ ਜੀ, ਅਤੇ ਮਾਲਕ ਹੈਗਾ ਜੇ ਰੋਹਿਤ ਟਕਿਆਰ ਜੀ, ਇਹ ਮਾਸਟਰ ਮਾਈਂਡ ਜੇ ਇਹਦਾ, ਸਾਰੇ ਘਟਾਲੇ ਦਾ। 7 ਰੁਪਈਏ ਵਾਲੀ ਗੋਲੀ ਕਿੱਦਾਂ, ਕਿਤੇ 38 ਰੁਪਈਏ ਦੇਣਦਾ, ਕਿਤੇ 21 ਰੁਪਈਏ ਦੇਣਦਾ, ਕਿਤੇ 19 ਰੁਪਈਏ ਦੇਣਦਾ, ਵੀ ਕਿੱਦਾਂ ਇਹਨੇ ਚੂਨਾ ਲਾਈ ਗਿਆ ਸੀ, 2-4 ਐਗਜ਼ਾਮਪਲਾਂ ਦੇਣੀਆਂ ਵੀ ਕਿੱਥੇ ਕਿੰਨੇ ਕਿੰਨੇ ਦੀ ਵੇਚੀ ਜੀ। ਇਹ ਜਿਹੜੀ ਅਸੀਂ ਸਾਰੀ ਖਬਰ ਆ ਬ੍ਰਾਈਟ ਪੰਜਾਬ ਐਕਸਪ੍ਰੈਸ ਚੰਡੀਗੜ੍ਹ ਦੇ ਵਿੱਚ, ਰਕੇਸ਼ ਜੀ ਇੱਕ ਇੰਗਲਿਸ਼ ਪੇਪਰ ਨੇ ਇਸ ਖਬਰ ਨੂੰ 2 ਵਾਰੀ ਛਾਪਿਆ, ਬ੍ਰਾਈਟ ਪੰਜਾਬ ਐਕਸਪ੍ਰੈਸ 31 ਤਰੀਕ ਨੂੰ ਛਾਪਿਆ, ਫਿਰ ਛਾਪਿਆ 1 ਅਗਸਤ ਨੂੰ ਵੀ, ਅਤੇ ਅਸੀਂ ਇਸ ਨੂੰ ਲੈ ਕੇ, ਮੈਂ ਅੱਜ ਆਪਣੇ ਜਿਹੜੇ ਸਿਹਤ ਮੰਤਰੀ ਨੇ ਬਲਬੀਰ, ਡਾਕਟਰ ਬਲਬੀਰ ਸਿੰਘ, ਉਹਨਾਂ ਨੂੰ ਫੋਨ ਕੀਤਾ, 5-6 ਫੋਨ ਕੀਤੇ ਨੇ, ਪਰ ਉਹ ਬਿਜ਼ੀ ਹੋਣੇ ਕਿਤੇ, ਉਹਨਾਂ ਨੇ ਫੋਨ ਸਹੀ ਨਹੀਂ ਕੀਤਾ, ਫੋਨ ਨਹੀਂ ਚੁੱਕਦੇ। ਮੈਂ ਜਿਹੜੇ ਨਵੇਂ ਸੈਕਟਰੀ ਆਏ ਨਾ ਜੀ, ਰਕੇਸ਼ ਜੀ ਕੁਮਾਰ ਰਾਹੁਲ, ਉਹਨਾਂ ਨੂੰ ਵੀ ਫੋਨ ਕੀਤਾ, ਹੁਣ ਮੈਂ ਇੱਕ ਮੈਸੇਜ ਬਣਾ ਕੇ ਉਹਨਾਂ ਨੂੰ ਪਾ ਦੇਣਾ ਵੀ ਆਹ ਕੀ ਤੁਸੀਂ ਬਦਲਾਵ ਵਾਲੀ ਸਰਕਾਰ, ਪੰਜਾਬ 'ਚ ਬਦਲਾਵ ਦਾ ਨਾਰਾ ਦੇਣ ਵਾਲੀ ਸਰਕਾਰ, ਕੀ ਇਹਦੇ ਉੱਤੇ ਕੋਈ ਕਾਰਵਾਈ ਕਰੇਗੀ? ਦੇਖੋ ਜੀ, ਇਹਨਾਂ ਨੂੰ ਹੁਣ ਵਿਜੀਲੈਂਸ ਗੁਆਰੀਆਂ ਬੰਦ ਕਿਉਂ ਕਰਾ ਦਿੱਤੀਆਂ ਸਾਰਿਆਂ ਦੇ ਖਿਲਾਫ਼ ਜੀ, ਕਿ ਉਹਨਾਂ ਦੇ ਜਿਨ੍ਹਾਂ ਨੇ ਆਹ ਘਪਲੇ ਕੀਤੇ ਆ, ਕਿਤੇ ਉਹ ਗੋਲੀ ਦੀ ਆ, ਵੇਖੋ 7 ਰੁਪਈਏ ਗੋਲੀ ਕਿਤੇ 38 ਦੀ ਵੇਚਣ ਡਿਆ, ਕਿਤੇ 380 ਦਾ ਪਤਾ ਵੇਚਣ ਡਿਆ ਜੀ, 73 ਰੁਪਈਏ 40 ਪੈਸੇ ਉਹਦਾ ਕੰਟਰੈਕਟ ਹੁੰਦਾ ਸਰਕਾਰ ਨਾਲ ਜਿੱਥੇ ਤੇ ਗੋਲੀ ਖਰੀਦ। ਮਤਲਬ ਦਰਸ਼ਕਾਂ ਨੂੰ ਦੱਸਦੀ ਹੈ ਵੀ ਪਤੇ ਦਾ ਉਹਨੇ ਜਿਹੜਾ ਸਰਕਾਰ ਨੂੰ ਗੋਲੀ ਸਪਲਾਈ ਕਰਨੀ ਹੁੰਦੀ ਹੈ, ਉਹ 10 ਗੋਲੀਆਂ ਦਾ ਪੱਤਾ ਜਿਹੜਾ ਉਹ 73 ਰੁਪਏ ਤੇ 40 ਪੈਸੇ ਦਾ, ਇਹੀ ਕਹਿਣਾ ਚਾਹੁੰਦੇ? ਹਾਂ, ਕਿਤੇ ਉਹ ਚਾਰਜ ਕਰਦਾ 380 ਰੁਪਈਏ ਪਰ ਪਤਾ ਜੀ, ਕਿਤੇ ਚਾਰਜ ਕਰਦਾ 210.60 ਰੁਪਈਏ ਪਰ ਪਤਾ, ਕਿਤੇ ਕਰਦਾ 190 ਰੁਪਈਏ, ਮਤਲਬ ਬਾਰੇ ਪਤਾ 73 ਰੁਪਏ ਵਾਲੀ ਚੀਜ਼, ਮੰਨ ਲਓ ਚਲੋ ਰੇਟ ਇੱਕੋ ਸਰਕਾਰ ਨਾਲ ਕੰਟਰੈਕਟ ਸੇਮ ਰੇਟ ਤੇ, ਤੇ 3 ਰੇਟ ਲਾ ਦਿੰਦਾ ਸਰਕਾਰ, ਮਾਨੇ ਸਰ ਮੋਟਾ ਮੋਟਾ ਕਹਿ ਰਹੀ ਜੀ ਵੀ 74 ਰੁਪਏ ਦਾ ਕੰਟਰੈਕਟ, ਕਿਤੇ 380 ਦਾ ਵੇਚ ਰਿਹਾ, ਕਿਤੇ 210 ਦਾ ਵੇਚ ਰਿਹਾ, ਅਤੇ ਕਿਤੇ ਵੇਚ ਰਿਹਾ 190 ਦਾ। ਸਰਕਾਰ ਦੇ ਅਫਸਰ ਜਾਂ ਮੰਤਰੀ ਕਹਿੰਦਾ ਹੋਣਾ ਟੋਕਾ ਘਟਾ, ਥੋੜ੍ਹਾ ਟੋਕਾ ਘਟਾ, ਉਹਨੇ ਥੋੜ੍ਹਾ ਕਰਕੇ ਘਟਾਇਆ ਟੋਕਾ, ਪਹਿਲਾਂ ਇੱਕ ਵਾਰੀ ਘਟਾਤਾ। ਅਤੇ ਰੋਹਿਤ ਜੀ ਹੈਗੇ ਜੇ ਮਾਸਟਰ ਮਾਈਂਡ ਜੀ ਇਸ ਸਕੈਮ ਦੇ,
ਅਤੇ 2017 ਜਿਹੜੀ ਇਨਕੁਆਇਰੀ ਹੋਈ ਉਹ ਪਤਾ ਨਹੀਂ ਕਿੱਦਾਂ ਉਹ 'ਚ ਪਾਕਿਸਤਾਨ ਨੇ ਕਹਿੰਦਾ ਪਤਾ ਨਹੀਂ ਲੱਗਦਾ ਹੁੰਦਾ ਵੀ ਬਣਿਆ ਕੀ ਇਹਦਾ ਅਤੇ ਕਿੱਦਾਂ 6-6 ਗੁਣਾ ਰੇਟ 'ਤੇ ਵੱਧ 'ਤੇ ਗੋਲੀ ਵੇਚੀ ਜਾਣ ਡਿਆ ਜੀ ਅਤੇ ਇਨਕੁਆਇਰੀ ਸਾਰੀ ਸਾਂਭ ਦਿੰਦਾ ਜੇ ਸਿਹਤ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਪੁੱਛਿਆ ਜਾਣਾ ਵੀ ਯਾਰ ਇਨਕੁਆਇਰੀ ਹੋਈ ਉਹਦਾ ਕੀ ਬਣਿਆ ਉਹਦੇ ਸਾਨੂੰ ਤਾਂ ਪਤਾ ਹੀ ਨਹੀਂ ਅਤੇ ਜਦੋਂ ਕਿ ਕੈਗ ਰਿਪੋਰਟ ਦੇ ਵਿੱਚ ਜਾਂ ਫਾਈਨੈਂਸ਼ੀਅਲ ਡਿਟੇਲ ਜਿਹੜੀਆਂ ਸਾਰਾ ਕੁਛ ਸਾਹਮਣੇ ਸ਼ੀਸ਼ੇ ਵਾਂਗੂ ਸਾਫ਼ ਆ ਵੀ ਕੀ ਹੋਇਆ ਸੀ ਸਵਾਲ ਇਹ ਖੜਾ ਹੁੰਦਾ ਦੇਖੋ ਜਦੋਂ ਕੰਟਰੈਕਟ ਹੋ ਗਿਆ ਸਰਕਾਰ ਦੇ ਨਾਲ ਅਤੇ ਫਿਰ ਜਿਨ੍ਹਾਂ ਨੇ ਬਿੱਲ ਪਾਸ ਕੀਤੇ ਕਿਆ ਉਹਨਾਂ ਨੂੰ ਪਤਾ ਲੱਗਿਆ ਵੀ ਸਰਕਾਰ ਨਾਲ ਕੰਟਰੈਕਟ ਤਾਂ 74 ਰੁਪਏ ਦਾ ਹੋਇਆ 10 ਗੋਲੀਆਂ ਦਾ ਅਤੇ ਅਸੀਂ ਪਾਸ ਕਰ ਰਹੇ ਹਾਂ ਬਿੱਲ ਜਿਹੜਾ 380 ਅੰਡਰ ਟੇਬਲ ਚੱਲਦਾ ਹੋਣਾ ਨਾ ਕਿਸੇ ਦੀ ਮਜ਼ੂਰੀ ਲੱਗ ਕੇ ਕੀਤਾ ਹੋਊਗਾ ਨਾ ਜੀ ਉਹਨੇ ਕਿਹਾ ਤਾਂ ਹੁਣ ਅਸਾਲਟ ਮਹਿੰਗਾ ਹੋ ਗਿਆ ਮੈਂ ਨਹੀਂ ਤੁਹਾਨੂੰ ਇੰਨੇ ਨਹੀਂ ਦੇ ਸਕਦਾ ਅਤੇ ਨਵਾਂ ਕੰਟਰੈਕਟ ਕਰ ਲੈਂਦੇ ਆਹੋ ਦੇਖੋ ਆਪਾਂ ਨਵਾਂ ਟੈਂਡਰ ਫਲੋਟ ਕਰ ਲੈਂਦੇ ਉਹ ਨਵਾਂ ਕੀ ਕਰਨਾ ਆਉਂਦੇ ਜੀ ਲਿਖਤ ਆਰਡਰ ਸਰਕਾਰ ਵੱਲੋਂ ਹੈਗੇ ਹੀ ਸਾਰੇ ਹੈਲਥ ਅਥੋਰਟੀਜ਼ ਨੂੰ ਇੱਕ ਵਾਰ ਮੁਤਾਬਕ ਜੀ ਵੀ ਇਸੇ ਕੰਪਨੀ ਕੋਲੋਂ ਨਸ਼ਾ ਛਡਾਊ ਗੋਲੀਆਂ ਖਰੀਦਣੀਆਂ ਹੋ ਤੁਸੀਂ ਕਿਸੇ ਕੋਲ ਖਰੀਦ ਨਹੀਂ ਸਕਦੇ ਜੀ ਇੱਥੋਂ ਤੱਕ ਬੰਦੇ ਦਾ ਸਿੱਕਾ ਚੱਲਦਾ ਸੀ ਦੇਖੋ ਰਕੇਸ਼ ਜੀ ਮੈਂ ਮੋਟੀ ਮੋਟੀ ਜੇ ਗੱਲ ਦੇਖਣਾ ਰਕੇਸ਼ ਜੀ ਦਰਸ਼ਕਾਂ ਨੂੰ ਥੋੜ੍ਹਾ ਸਮਝਾ ਦਿਆਂ ਵੀ ਇੱਕ ਗੋਲੀ ਇਹਨਾਂ ਨੇ ਜਿਹੜੀ 380 ਦੀ ਵੇਚੀ ਮਤਲਬ 31 ਰੁਪਏ ਮਹਿੰਗੀ ਵੇਚੀ ਕੰਟਰੈਕਟ ਤੋਂ ਹਾਂ ਦੂਸਰੀ ਵੇਚੀ 14 ਰੁਪਏ ਮਹਿੰਗੀ ਅਤੇ ਇੱਕ ਵੇਚੀ ਇਹਨਾਂ ਨੇ 12 ਰੁਪਏ ਮਤਲਬ ਜਿੰਨਾ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਲੋਸ ਕਿੰਨਾ ਕਿੰਨਾ ਆਇਆ ਨਹੀਂ ਉਹ ਤੁਸੀਂ ਦੱਸਿਓ ਪਰ ਮੈਂ ਇੱਕ ਪਹਿਲੇ ਤੁਸੀਂ ਦੱਸੋ ਹਾਂ ਨਹੀਂ ਦੱਸੋ ਤੁਸੀਂ ਸਰ ਦੇਖੋ 47 ਰਕੇਸ਼ ਜੀ ਆਪਾਂ ਐਵਰੇਜ ਲਾ ਲਈਏ ਇਹਨੇ ਜੇ ਮੰਨ ਲਓ ਵੀ 3 ਥਾਵਾਂ 'ਤੇ ਸਪਲਾਈ ਕੀਤਾ ਮੰਨ ਲਓ ਐਵਰੇਜ ਕੱਢ ਲੈਂਦਾ ਨਾ ਆਪਾਂ ਠੀਕ ਹੈ ਐਵਰੇਜ ਕੱਢੀ ਰਕੇਸ਼ ਜੀ ਆਪਾਂ ਵੀ ਇਹ ਮੰਨ ਲਓ ਇੱਕ ਗੋਲੀ ਜੇ ਨੇ 15 ਰੁਪਏ ਮਹਿੰਗੀ ਵੇਚੀ ਇੱਕ ਗੋਲੀ ਅਤੇ ਜੋ ਮੇਰੇ ਕੋਲ ਆਂਕੜੇ ਨਾ ਰਕੇਸ਼ ਜੀ ਵੀ ਕੋਈ 8-9 ਲੱਖ ਮਰੀਜ਼ ਰੋਜ਼ ਦਾ ਇਹ ਗੋਲੀ ਖਾਂਦਾ ਜੇ ਜੀ ਖਾਂਦਾ ਹੁਣ ਇੱਕ ਗੋਲੀ ਜੇ 15 ਰੁਪਏ ਦੀ ਮਹਿੰਗੀ ਸਰਕਾਰ ਨੂੰ ਵੇਚੀ ਤਾਂ 9 ਲੱਖ ਮਰੀਜ਼ ਹੋਵੇ ਅਤੇ 1,35,00,000 ਦੀ ਗੋਲੀ ਰੋਜ਼ ਦੀ ਮਹਿੰਗੀ ਬਿਲਕੁਲ ਅਤੇ ਜੇ ਰਕੇਸ਼ ਜੀ 30 ਦਿਨ ਦਾ ਹਿਸਾਬ ਲਾ ਲਈਏ ਅਤੇ 40 ਕਰੋੜ ਦੀ ਗੋਲੀ ਮਹਿੰਗੀ ਮਤਲਬ ਜੋ ਰੇਟ ਕੀਤਾ ਅਸੀਂ ਤਾਂ 31 ਕੋਟ ਨਹੀਂ ਕਰ ਰਹੇ 15 ਰੁਪਏ ਐਵਰੇਜ ਕੋਟ ਕਰ ਰਹੇ ਹਾਂ ਅਤੇ ਸਾਲ ਦੀ 486 ਕਰੋੜ ਰੁਪਏ ਦੀ ਅਤੇ ਮੁੱਖ ਮੰਤਰੀ ਸਾਹਿਬ ਤੁਸੀਂ ਜੋ ਮਰਜ਼ੀ ਕਰੀ ਜਾਓ ਕਿੱਥੋਂ ਮੁੱਕਣਾ ਨਸ਼ਾ ਨਹੀਂ ਹੁਣ ਮੁੱਖ ਮੰਤਰੀ ਸਾਹਿਬ ਇਹਦੇ ਐਕਸ਼ਨ ਲੈਣ ਨਾ ਚਲੋ ਮੈਂ ਲੈਟਰ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਤਾਂ ਇਨਕੁਆਇਰੀ ਕਰਾਓ ਤੁਸੀਂ ਜਿਹੜੇ ਆ ਬੜਾ ਵੱਡੀ ਸਪੀਡ ਫੜੀ ਸੀ ਫਟ ਫਟ ਅੰਦਰ ਦੇਣ ਡੇ ਸੀ ਭਾਵੇਂ ਰਿਕਵਰੀਆਂ ਤੁਹਾਡੇ ਕੋਲ ਕੋਈ ਨਹੀਂ ਹੋਈਆਂ ਅਤੇ ਉਹ ਦੁਬਾਰਾ ਕੰਮ ਸ਼ੁਰੂ ਕਰੋ ਇਹ ਥੋੜ੍ਹਾ ਵੀ ਤਾਂ ਦਿੱਲੀ ਸਮਝੌਤਾ ਹੋ ਗਿਆ ਅਤੇ ਇੱਥੇ ਹੁੰਦੀ ਛੱਡ ਦਿਓ ਸਾਰਿਆਂ ਨੂੰ ਮੇਰਾ ਭਾਰ ਛੱਡਣਾ ਨਹੀਂ ਕਿਸੇ ਨੂੰ ਚਾਹੀਦਾ ਪੁਰਾਣੀ ਰੂਪ ਦੇ ਵਿੱਚ ਆਓ ਮੁੱਖ ਮੰਤਰੀ ਸਾਹਿਬ ਜਿੱਦਾਂ ਆਉਂਦਿਆਂ ਬੜਾ ਫੜਿਆ ਸੀ ਨਾ ਹੱਥ ਦੇ ਵਿੱਚ ਅਤੇ ਵਿਜੀਲੈਂਸ ਨੂੰ ਦਿੱਤੀ ਥਾਪ ਵੀ ਪੂਰੀ ਐਂ ਸਪੀਡਾਂ ਨਾਲ ਭਜਾਇਆ ਸੀ ਅਤੇ ਨੋਟ ਗਿਣਨ ਵਾਲੀਆਂ ਤੱਕ ਮਸ਼ੀਨਾਂ ਫੜੀਆਂ ਸੀ ਘਰਾਂ ਦੇ ਵਿੱਚੋਂ ਜੀ ਹੁਣ ਵੇਖੋ ਵੀ ਜਿਹੜੀ ਡਿਟੇਲ ਅਵੇਲੇਬਲ ਹੈਗੀ ਆ ਅਖਬਾਰ ਮੁਤਾਬਕ ਅਤੇ ਬਾਇਓਟੈਕ 2015-16 ਵਿੱਚ ਸਿਵਲ ਹਸਪਤਾਲ ਜਗਰਾਓ ਨੂੰ ਡੀ ਐਡਿਕਸ਼ਨ ਸੈਂਟਰ ਨਸ਼ਾ ਛਡਾਊ ਗੋਲੀਆਂ ਸਪਲਾਈ ਕਰਨ ਦਾ ਕੰਟਰੈਕਟ ਮਿਲ ਜਾਂਦਾ ਜਗਰਾਓ 'ਚ ਜੀ 15 ਲੱਖ ਅਤੇ 26,000 ਸਟ੍ਰਿਪਸ ਇਹ ਸਿਵਲ ਹਸਪਤਾਲ ਜਗਰਾਓ ਨੂੰ ਸਪਲਾਈ ਕਰ ਦਿੰਦੇ ਆ ਜੀ ਰੇਟ ਦਿੰਦੇ ਆ 380 ਰੁਪਈਏ ਪਰ ਸਟ੍ਰਿਪ ਮਤਲਬ 310 ਰੁਪਏ ਪੱਤਾ ਮਹਿੰਗਾ ਕੰਟਰੈਕਟ ਨਾਲ ਕੰਟਰੈਕਟ ਹੈਗਾ ਸੀ ਰੇਟ 73.40 ਪੈਸੇ ਮਤਲਬ ਅਤੇ ਕਰੀਬ ਕਰੀਬ 300 ਲਾ ਲੈਂਦੇ ਹਾਂ ਮੋਟਾ ਮੋਟਾ ਹਿਸਾਬ ਲਾ ਲੈਂਦੇ ਹਾਂ 300 ਰੁਪਏ ਪੱਤਾ ਮਹਿੰਗਾ ਉਹ ਸਿਹਤ ਵਿਭਾਗ ਦਾ ਜਿਹੜਾ ਐਸਟੀਮੇਟ ਅਨੁਸਾਰ ਇਸ ਤਰ੍ਹਾਂ ਦੇ ਵੱਧ ਰੇਟ ਦੇ ਬਿੱਲ ਬਣਾ ਕੇ 4,67,87,160 ਰੁਪਈਏ ਦਾ ਖਜ਼ਾਨੇ ਨੂੰ ਸਰਕਾਰ ਨੂੰ ਚੂਨਾ ਲੱਗਿਆ ਜਗਰਾਓ ਦੇ ਵਿੱਚ ਮਤਲਬ ਤੇਰ ਕੇ ਜੀ ਦੇਖੋ ਨਾ ਜਦੋਂ ਅਸੀਂ ਆਪ ਆਪਣਾ ਕਹਿੰਦੇ ਵੀ ਮੂੰਹ ਖੋਲਿਆ ਵੀ ਖੋਲ੍ਹ ਕੇ ਰੱਖੀ ਪੰਡ ਵੀ ਜਾਂ ਲੁੱਟ ਲਾ ਵੀ ਕਿਸੇ ਦੇ ਪਿਓ ਦਾ ਇਹਨਾਂ ਦੇ ਪਿਓ ਦਾ ਮਾਲ ਹੈ ਜਨਤਾ ਦੇ ਦਿੱਤੇ ਟੈਕਸ ਦੇ ਪੈਸੇ ਦੀ ਤੁਸੀਂ ਕਿਆ ਕਰਨ ਡੇ ਹੋ ਅਤੇ ਪੰਜਾਬ ਕਰਜ਼ਦਾਰ ਨਾ ਹੋਵੇ ਅਤੇ ਕੀ ਹੋਵੇ ਪੰਜਾਬ ਦਾ ਨੌਜਵਾਨ ਬਾਹਰ ਨਾ ਜਾਵੇ ਤਾਂ ਕੀ ਕਰੇ ਦੇਖੋ ਨਾ ਤੁਸੀਂ ਤਾਂ ਆਪ ਹੀ ਜਿਹੜਾ ਨਾ ਜਾਊ ਜਾਂ ਗੋਲੀਆਂ ਖਾਓ ਲੁੱਟ ਮਤਲਬ ਤੁਸੀਂ ਤਾਂ ਇੱਕ ਸੰਗਠਿਤ ਔਰਗਨਾਈਜ਼ਡ ਕ੍ਰਾਈਮ ਰਕੇਸ਼ ਜੀ ਇੱਥੇ ਬਣਾਤਾ ਔਰਗਨਾਈਜ਼ਡ ਮਾਫੀਆ ਬਣਾਤਾ ਫਿਰ ਕੇ ਜੀ ਜਿਹੜੇ ਵੱਡੇ ਲੋਕ ਨੇ ਨਾ ਇਹਨਾਂ ਦੀ ਹਰ ਬੰਦੇ ਨਾਲ ਸੈਟਿੰਗ ਦੇ ਮਤਲਬ ਕੋਈ ਬੰਦਾ ਆਵੇ ਤਾਂ ਤੁਹਾਨੂੰ ਕਹੇਗਾ ਵੀ
10 ਬੰਦੇ ਆਣਗੇ ਪ੍ਰਭਾਵ ਪਾਉਣ ਵੀ ਇਹ ਖਬਰ ਨਾ ਲਾਇਓ। ਹਾਂ ਇਹ 10 ਬੰਦੇ ਪ੍ਰਭਾਵ ਉਹ ਛੱਡ, ਤੁਹਾਨੂੰ ਵੀ 10 ਫੋਨ ਆਏ ਨੇ ਵੀ ਨਾ ਲਾਇਓ, ਮੈਨੂੰ ਆਹੋ ਅੱਜ ਤੋਂ ਧਿਆਨ ਨਾ ਜੀ ਜਿਵੇਂ। ਹਾਂ ਇਸੇ ਤਰ੍ਹਾਂ ਅਰਬਨ ਬਾਇਓਟੈਕ ਨੂੰ ਫਿਰ ਕੰਟਰੈਕਟ ਮਿਲਿਆ ਅੰਮ੍ਰਿਤਸਰ ਦੇ ਡੀ ਡਿਕਸ਼ਨ ਸੈਂਟਰ ਨੂੰ 2014-16 ਵਿੱਚ ਗੋਲੀਆਂ ਸਪਲਾਈ ਕਰਨ ਦਾ ਜੀ। ਇਹਦਾ ਵੀ ਕੰਟਰੈਕਟ ਰੇਟ ਸੀ 73.40 ਜੀ। ਇੱਥੇ ਇਸੇ ਬਾਇਓਟੈਕ ਜਿਹੜੇ ਅਰਬਨ ਬਾਇਓਟੈਕ ਆ ਇਹਨੇ ਜਿਹੜੀ ਸਟ੍ਰਿਪ ਦਿੱਤੀ 190 ਰੁਪਏ ਪਰ ਸਟ੍ਰਿਪ ਜੀ। ਇਸ ਤਰ੍ਹਾਂ ਇੱਥੇ 64,34,940 ਰੁਪਏ ਦਾ ਸਰਕਾਰ ਨੂੰ ਚੂਨਾ ਲੱਗਾ ਜੀ ਇੱਕ ਸਾਲ ਦੇ ਵਿੱਚ। ਇਸੇ ਤਰ੍ਹਾਂ 2014-15 ਵਿੱਚ ਅਰਬਨ ਬਾਇਓਟੈਕ ਸਪਲਾਈ ਕਰਦੀ ਆ 75,480 ਸਟ੍ਰਿਪਸ ਸਰਕਾਰੀ ਹਸਪਤਾਲ ਬਟਾਲਾ ਨੂੰ ਜੀ। ਰੇਟ ਉੱਥੇ ਵੀ ਸੇਮ ਹੀ ਕੰਟਰੈਕਟ ਰੇਟ 73.40 ਅਤੇ ਚਾਰਜ ਕੀਤਾ ਜਾਂਦਾ ਵੱਧ ਬਿੱਲ ਬਣਾ ਕੇ 210.60 ਜੀ। ਇਹਦੇ ਨਾਲ ਸਰਕਾਰ ਨੂੰ ਚੂਨਾ ਜਿਹੜਾ ਸਰਕਾਰ ਦੇ ਖਜ਼ਾਨੇ ਲੱਗਾ 1,53,856 ਰੁਪਏ ਦਾ ਸਰਕਾਰ ਦੇ ਖਜ਼ਾਨੇ ਚੂਨਾ ਲੱਗਾ ਜੀ। ਇੱਕ ਨਹੀਂ ਗੱਲ ਸਮਝ ਆਉਂਦੀ, ਦੇਖੋ ਇਹ ਜਿਹੜੇ ਮੰਤਰੀ ਜਾਂ ਲੀਡਰ ਬਣ ਜਾਂਦੇ ਨੇ ਕਿੱਦਾਂ ਹੱਥ ਜੋੜਦੇ ਨੇ ਵੀ ਅਸੀਂ ਤਾਂ ਸੇਵਾ ਕਰਨਾ ਆ, ਫਿਰ ਉਹ ਅਫਸਰ ਜਿਨ੍ਹਾਂ ਦਾ ਕੰਮ ਹੈ ਤੁਸੀਂ ਤਨਖਾਹਾਂ ਲੈਂਦੇ ਹੋ, ਦੇਖੋ ਮੋਟੀਆਂ ਤਨਖਾਹਾਂ ਜੀ, ਤੁਸੀਂ ਖਾਓ ਜਿਹੜਾ ਕੰਟਰੈਕਟ ਹੈਗਾ ਅਤੇ ਉਹ ਯਾਰ ਉਹਦੇ ਨਾਲ ਕੋਈ ਰੁਪਈਆ 2 ਰੁਪਈਏ 10 ਰੁਪਏ ਉਹਦੇ ਕੋਲ ਲੈਂਦੇ ਹੋਣੇ, ਬਿਨਾਂ ਦੁੱਧ ਤੋਂ ਕੰਟਰੈਕਟ ਚੱਲਦਾ ਹੀ ਨਹੀਂ, ਚੱਲਦਾ ਹੀ ਨਹੀਂ ਜੀ, ਦਿੰਦੇ ਹੀ ਨਹੀਂ ਇੱਥੇ। ਜੇ ਕੋਈ ਦਿੱਤਾ ਲੈਣ ਦਿੱਤਾ ਚੱਲਿਆ ਤਾਂ ਉਹਨੂੰ ਤਦ ਹੀ ਉਹਦੇ ਵੱਧ ਰੇਟ ਕਰਾਏ ਗਏ ਨਾ, ਪਹਿਲਾਂ ਤਾਂ ਉਹ ਅਧਿਕਾਰੀ ਜਿਹੜੇ ਆ ਉਹਨਾਂ 'ਤੇ ਵੀ ਪਰਚਾ ਬੰਦਾ ਜੀ ਵੀ ਜਿਹਨਾਂ ਨੇ ਆ ਵੱਧ ਦੇ ਬਿੱਲ ਕਿਹਦੀ ਮਨਜ਼ੂਰੀ ਨਾ ਦਿੱਤੇ ਉਹਨੂੰ ਕਿ ਜੀ। ਵੈਸੇ ਨਾ ਗੱਲ ਕੰਟਰੈਕਟ ਹੋਇਆ ਆਪਾਂ ਇੱਕ ਚੀਜ਼ ਦਾ 73 ਰੁਪਏ ਜੀ, ਅਤੇ ਉਹਨੂੰ ਆਪਾਂ 300 ਸੀ ਕਿਹਦੇ ਮਨਜ਼ੂਰੀ ਨਾ ਦੇਣ ਦੇ ਹਾਂ, ਪੇਮੈਂਟ ਕਿਹਦੇ ਨਾਲ ਕਰਨ ਦੇ ਹਾਂ, ਉਹਨਾਂ ਮੋਤੀਆ ਆਏ ਵੀ ਉਹਨਾਂ ਦਿਸਿਆ ਨਹੀਂ। ਵੇਖੋ ਇਹਦੀ ਧੱਕੇਸ਼ਾਹੀ ਕਿੰਨੀ ਆ ਵੀ ਸਰਕਾਰ ਨੂੰ ਚੂਨਾ ਲਾਇਆ, ਤਿੰਨ ਇੱਕੋ ਸਟੇਟ ਇੱਕੋ ਡਿਪਾਰਟਮੈਂਟ ਅਤੇ ਤਿੰਨ ਵੱਖ ਵੱਖ ਜ਼ਿਲ੍ਹਿਆਂ 'ਚ ਵੱਖ ਵੱਖ ਰੇਟ ਲਾ ਦਿੱਤੇ 380, 210.60, 190 ਰੁਪਏ ਪ੍ਰਤੀ ਸਟ੍ਰਿਪ, ਅਤੇ ਇਸ ਤਰ੍ਹਾਂ ਵੀ ਇਹਦੇ 'ਤੇ ਕੁਛ ਉਦਾਹਰਨ ਦਿੱਤੀਆਂ। ਤੋ ਆਉਂਦੇ ਵੀ ਇਸ ਤਰ੍ਹਾਂ ਜਿਹੜਾ ਇਹਨੇ 100 ਕਰੋੜ ਦਾ ਚੂਨਾ ਲਾਇਆ, ਨੁਕਸਾਨ ਸਰਕਾਰ ਨੂੰ ਕੀਤਾ। ਹਾਂ ਆਉਂਦਾ ਵੀ ਰੋਹਿਤ ਕਟਿਆਰ ਜਿਹੜਾ ਅਖਬਾਰ ਅਨੁਸਾਰ ਨਾ ਸਿਸਟਮ ਨੂੰ ਆਪਣੇ ਇਸ਼ਾਰਿਆਂ ਦੇ ਜਾਂਦਾ ਸੀ ਜੀ, ਜਿਹਦੇ ਨਾਲ ਮਿਲ ਕੇ ਵੱਡੇ ਵੱਡੇ ਅਧਿਕਾਰੀਆਂ ਨਾਲ ਜੋ ਮਰਜ਼ੀ ਆਉਂਦੇ ਵੀ ਇਹਨੇ ਲਿਖਤ ਇੰਸਟਰਕਸ਼ਨਾਂ ਦਵਾਈਆਂ ਸੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਰੇ ਜ਼ਿਲ੍ਹਿਆਂ ਨੂੰ ਵੀ ਇਸੇ ਬੰਦੇ ਕੋਲ ਗੋਲੀਆਂ ਕਰੀਆਂ, ਇਸੇ ਕੰਪਨੀ ਜੀ, ਇਸੇ ਕੰਪਨੀ ਦੀਆਂ ਗੋਲੀਆਂ ਕਰੀਆਂ, ਅਤੇ ਹੋਰ ਨਹੀਂ ਨਸ਼ਾ ਸ਼ਾ ਕੇ ਖਰੀਦ ਸਕਦੇ ਜੀ। ਅਤੇ ਕੈਗ ਨੇ ਜਦੋਂ April 2017 ਵਿੱਚ ਇਸ ਸਕੈਂਡਲ ਨੂੰ ਨੋਟਿਸ ਕੀਤਾ ਅਤੇ ਉਸ ਵੇਲੇ ਦੇ ਸਿਹਤ ਮੰਤਰੀ ਨੇ ਉਸ ਵੇਲੇ ਦੇ ਸਿਹਤ ਸਕੱਤਰ ਨੂੰ ਕਿਹਾ ਵੀ ਇਹਦੀ ਜਾਂਚ ਕੀਤੀ ਜਾਵੇ, ਅਤੇ ਆਹ ਵੇਖ ਲਓ ਵੀ ਇੰਕੁਆਇਰੀ ਦਾ ਕੀ ਬਣਿਆ, ਕਿੰਨੇ ਸਾਲ ਹੋ ਗਏ ਜੇ, 5 ਸਾਲ ਕੈਪਟਨ ਸਾਹਿਬ ਦੇਣਾਂਗੇ, 7 ਸਾਲ ਹੋ ਗਏ ਆ, ਅਤੇ ਪਤਾ ਹੀ ਨਹੀਂ ਲੱਗਾ ਵੀ ਉਹ ਤਾਂ ਬਣਿਆ ਕੀ ਜੇ। ਕਹੇ ਜੀ ਇਕੱਲਾ ਹੀ ਥੋੜ੍ਹੀ ਆ, ਉਹ ਸੱਚਾਈ ਘੁਟਾਲਾ, ਉਹਦਾ ਕੁਛ ਨਹੀਂ ਬਣਿਆ, ਬਹੁਤ ਸਾਰੇ ਅਫਸਰਾਂ ਦੀ ਪੁੱਛਗਿੱਛ ਹੋਈ, ਬਹੁਤ ਸਾਰੇ ਸਾਬਕਾ ਮੰਤਰੀਆਂ ਕੋਲ ਪੁੱਛਗਿੱਛ ਹੋਈ। ਹੁਣ ਮੈਂ ਤਾਂ ਇੱਕ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਇੱਕ ਵਾਰੀ ਉਹ ਜਿਹੜੀ ਅਖਬਾਰ ਦੀ ਕਟਿੰਗ ਹੈ ਨਾ ਉਹ ਜ਼ਰੂਰ ਸਕਰੀਨ 'ਤੇ ਦਿਖਾਈ ਜਾਵੇ, ਕਿਉਂਕਿ ਕੇ ਜੀ ਇਹ ਇੱਕ ਆਰਗਨਾਈਜ਼ਡ ਕ੍ਰਾਈਮ ਹੈ। ਨਾਲ ਦੀ ਨਾਲ ਕੇ ਜੀ ਮੈਂ ਵੀ ਚਾਹਾਂਗਾ ਦੱਸੋ ਵੀ ਇਹ ਮਹਾਂਪੁਰਸ਼ ਕੋਲ ਨਸ਼ਾ ਚੜਾਓ ਕਿੱਧਰ ਕਹਿੰਦਾ ਵੀ ਵੇਖੋ ਇਹਦਾ ਢਿੱਡ ਨਹੀਂ ਭਰਿਆ, ਇਹਨੇ ਕਿਹਾ ਵੀ ਯਾਰ ਪੈਸੇ ਇਹ ਵੀ ਥੋੜ੍ਹੇ ਬਣਨ ਡੇ ਆ, ਕੋਈ ਹੋਰ ਕੰਮ ਕਰੋ। ਉਹਨਾਂ ਮੰਤਰੀਆਂ ਨੇ ਸਕੀਮ ਲਾਈ ਸਾਨੂੰ ਹੋਰ ਕੰਮ ਦਾ, ਉਹਨਾਂ ਕਿਹਾ ਡੀ ਡਿਕਸ਼ਨ ਸੈਂਟਰ ਖੋਲ੍ਹ ਲਾ, ਇਹਨੇ ਡੀ ਡਿਕਸ਼ਨ ਸੈਂਟਰ ਜਿਹੜੇ ਚਲਾਉਂਦੇ ਉਹਦਾ ਇੱਕ ਅੰਪਾਇਰ ਖੜਾ ਕਰ ਲਿਆ ਨੇ ਜੀ। ਜੀ ਦੱਸਣ ਦੇ ਮੁਤਾਬਕ ਲਗਭਗ ਪੰਜਾਬ ਵਿੱਚ 30 ਡੀ ਡਿਕਸ਼ਨ ਸੈਂਟਰ ਹੈਗੇ ਆਪਣੇ ਅੰਮ੍ਰਿਤਸਰ 'ਚ ਵੀ ਹੈਗਾ ਜੀ, 30 ਡੀ ਡਿਕਸ਼ਨ ਸੈਂਟਰ ਜੀ। ਅਤੇ ਆਉਂਦੇ ਵੀ ਜਿਹੜੀ ਸਟੈਂਡਰਡ ਪ੍ਰੈਕਟਿਸ ਇਹ ਹੈਗੀ ਆ ਵੀ ਜਿਹੜੀ ਕੰਪਨੀ ਦਵਾਈਆਂ ਸਪਲਾਈ ਕਰਦੀ ਹੋਵੇ ਉਹ ਜਿਹੜੇ ਆ ਡੀ ਡਿਕਸ਼ਨ ਸੈਂਟਰ ਨਹੀਂ ਖੋਲ੍ਹ ਸਕਦੀ ਆ, ਇਹ ਕੰਫਲਿਕਟ ਆਫ ਇੰਟਰਸਟ ਆ ਜਾਂਦਾ ਜੀ। ਮਤਲਬ ਆਪੇ ਤੁਸੀਂ ਦਵਾਈ ਬਣਾਈ ਆਪਣੇ ਸੈਂਟਰ 'ਚ ਆਪੇ ਸਪਲਾਈ ਕਰ ਲਈ, ਆ ਉੱਥੇ ਵੇਚੀ ਗਏ ਜੋ ਮਰਜ਼ੀ ਵੇਚੀ ਜਾਓ, ਮਿੱਟੀ ਵੇਚੋ, ਖੜੀ ਵੇਚੋ, ਜੋ ਵੇਚੋ ਉਹ ਵੀ ਅੱਗੋ ਅਗਾਂਹ ਕਲੀਅਰ ਹੋ ਜਾਣੀ ਫਿਰ ਕੇ ਜੀ। ਮਤਲਬ ਦੇਖੋ ਨਾ ਇਹ ਵੀ ਦੱਸਿਆ ਕਿ ਜੀ ਜੇ ਆਪਾਂ ਐਵਰੇਜ ਲਾ ਲਈਏ ਵੀ ਇਹਦੇ ਨਸ਼ਾ ਚੜਾਓ ਕੇਂਦਰ ਦੇ ਵਿੱਚ ਰੋਜ਼ 30 ਸੈਂਟਰ ਨੇ ਜੇ
ਤੇ 100 ਮਰੀਜ਼ ਤੋਂ ਲਾਓ ਜੇ 400-200 ਲਾ ਲਓ ਮਰੀਜ਼ ਆਂਦਾ ਹੋਵੇ ਤੇ ਵੇਖੋ ਕਿੰਨਾ ਮਰੀਜ਼ ਆ ਗਿਆ ਇਹਦੇ ਵਿੱਚ। ਤੇ ਜੀ ਦਵਾਈਆਂ ਵੀ ਕਹਿੰਦੇ ਵੀ ਥੋੜੀਆਂ ਜਿਹੀਆਂ ਆਉਂਦੇ ਵੀ ਜਿਹੜੀਆਂ ਦਵਾਈਆਂ ਇਹ ਨਾ ਇਹਦੇ ਫਿਰ ਜੇ ਢਿੱਡ ਨਹੀਂ ਭਰਿਆ ਵੀ ਡੀ ਡਿਕਸ਼ਨ ਸੈਂਟਰ ਵੀ ਆ ਗਏ ਜੀ, ਦਵਾਈਆਂ ਵੀ ਆ, ਮੈਂ ਆਪਣੇ ਵੱਧ ਰੇਟ 'ਤੇ ਲਾ ਲਈਆਂ, ਨਹੀਂ ਯਾਰ ਅਜੇ ਮੈਨੂੰ ਮਰ ਜਾਣ ਥੋੜ੍ਹਾ ਜੀ, ਮਰ ਜਾਣ ਹੋਣਾ ਚਾਹੀਦਾ। ਇਹ ਕੀ ਕਰਦਾ ਸੀ ਵੀ ਜਿਹੜੇ ਡੀ ਡਿਕਸ਼ਨ ਦੇ ਮਰੀਜ਼ਾਂ ਨੂੰ ਵਿਚਾਰੇ ਗਰੀਬਾਂ ਨੂੰ ਜਿਹੜੇ ਨਸ਼ਾ ਛੱਡਣ ਆਉਂਦੇ, ਜਿਹੜੀ ਦਵਾਈ ਸਪਲਾਈ ਕਰਦਾ ਸੀ ਨਾ ਆਪਣੇ ਨਸ਼ਾ ਛਡਾਊ ਕੇਂਦਰਾਂ 'ਚ ਤੀਆਂ ਦੇ ਵਿੱਚ, ਉਹ ਜਿਹੜੀਆਂ ਦਵਾਈਆਂ ਵੀ ਸਬ ਸਟੈਂਡਰਡ ਸੀ, ਇਹਦੀਆਂ ਸਰਕਾਰ ਨੂੰ ਸ਼ਿਕਾਇਤਾਂ ਮਿਲਣ ਲੱਗੀਆਂ। ਇਹਦੀਆਂ ਸ਼ਿਕਾਇਤਾਂ ਮਿਲਣ 'ਤੇ ਜਦੋਂ ਡੀ ਡਿਕਸ਼ਨ ਸੈਂਟਰਾਂ ਦੇ ਦਵਾਈਆਂ ਦੇ ਸੈਂਪਲ ਲੈ ਗਏ ਅਤੇ ਉਹ ਸੈਂਪਲ ਸਾਰੇ ਸਬ ਸਟੈਂਡਰਡ ਨਿਕਲੇ ਜੀ, ਅਤੇ ਸੈਂਪਲ ਜਿਹੜੇ ਆ ਸ਼ਿਕਾਇਤਾਂ ਸਹੀ ਪਾਈਆਂ ਗਈਆਂ। ਅੱਛਾ ਕਿ ਜੀ, ਇੱਕ ਤਾਂ ਸਵਾਲ ਮੇਰੇ ਜਹਿਨ 'ਚ ਆ, ਦੇਖੋ ਕਿਆ ਸਰਕਾਰਾਂ ਨੂੰ ਜਾਂ ਸਾਡੇ ਅਫਸਰਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ? ਸਾਰਾ ਪਤਾ ਉਹਨਾਂ ਦੇ ਨਜ਼ਰਬੰਦੀ ਦੇ ਬਿਨਾਂ ਕਿੱਦਾਂ ਹੋ ਸਕਦਾ? ਮਤਲਬ ਇੱਕ ਔਰਗਨਾਈਜ਼ ਤਰੀਕੇ ਦੇ ਨਾਲ ਤੁਸੀਂ ਪੰਜਾਬ ਨੂੰ ਕਿਸ ਤਰ੍ਹਾਂ ਲੁੱਟ ਰਹੇ ਹੋ, ਮਤਲਬ ਤੁਸੀਂ ਲੁੱਟੋ ਯਾਰ, ਇੱਕ ਹੀ ਆਉਣ ਵਾਲੀਆਂ ਪੀੜ੍ਹੀਆਂ ਕੰਗਲੀਆਂ ਜਮਣੀਆਂ ਤੁਹਾਡੀਆਂ, ਉਹਨਾਂ ਲਈ ਪੈਸਾ ਇਕੱਠਾ ਕਰ ਰਹੇ ਹੋ। ਤੁਹਾਡੀ ਬਿਲਕੁਲ ਗੱਲ ਠੀਕ ਹੈ, ਮੈਂ ਸੁਣਦਾ ਹੁੰਦਾ ਕਈ ਵਾਰੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਜੇ, ਤੁਸੀਂ ਰਕੇਸ਼ ਜੀ ਗੱਲ ਹੈ ਕਿ ਉਹ ਰੱਬ ਦਾ ਕੋਈ ਖੌਫ ਖਾਓ, ਜਵਾਨੀ ਸਾਡੀ ਬਰਬਾਦ ਹੋ ਰਹੀ ਹੈ। ਉਹ ਦੇਖੋ 10 ਸਾਲ ਲੱਗ ਗਏ ਉਹ ਜਗਦੀਸ਼ ਭੋਲੇ ਦੇ ਫੈਸਲੇ ਨੂੰ ਕਰਨ ਲੱਗਿਆਂ, 6,000 ਕਰੋੜ ਦਾ ਘੁਟਾਲਾ, ਇਹ ਤਾਂ ਰਕੇਸ਼ ਜੀ ਉਸ ਤੋਂ ਇਹ ਵੱਡਾ ਘੁਟਾਲਾ। ਅਤੇ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਪਿਛਲੀ ਸਰਕਾਰ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਕੋਈ ਕਰੀਬ 500 ਕਰੋੜ ਰੁਪਏ ਦੀ ਗੋਲੀ ਦਾ ਪਤਾ ਹੀ ਨਹੀਂ ਲੱਗਾ ਗਈ ਕਿੱਥੇ ਹੈ। ਹੁਣ ਗੱਲ ਹੈਗੀ ਆ ਵੀ ਇਹਨੂੰ ਰੋਹਿਤ ਟਗਿਆਰ ਨੂੰ ਕਿਉਂ ਨਹੀਂ ਕੋਈ ਹੱਥ ਪਾਉਂਦਾ? ਇਹ ਕਿੱਡਾ ਕਿਹਨੂੰ ਜਗਦੀਸ਼ ਭੋਲਾ ਫੜ ਕੇ ਅੰਦਰ ਦੇ ਦਿੱਤਾ, ਵੱਡੇ ਵੱਡੇ ਅੰਦਰ ਦੇ ਦਿੱਤੇ, ਮੁਖਤਿਆਰ ਅੰਸਾਰੀ ਦੇ ਦਿੱਤਾ, ਇਹ ਮੁਖਤਿਆਰ ਅੰਸਾਰੀ ਤੋਂ ਉੱਤੇ ਆ। ਓਕੇ ਜੀ, ਦੇਖੋ ਵਾਈਟ ਕਲਰ ਕ੍ਰਾਈਮ ਆ ਨਾ, ਵਾਈਟ ਕਲਰ ਕ੍ਰਾਈਮ ਆ ਜੀ। ਆਉਂਦੇ ਵੀ ਜਦੋਂ ਇਹ ਜਿਹਦਾ ਮਤਲਬ ਵੀ ਤੁਹਾਨੂੰ ਐਨਾਲਿਸਟ ਹੈ ਜਿਹੜਾ ਵਿਕਿਆ ਨਹੀਂ ਇਹਦੇ ਕੋਲ ਜੀ, ਅਕਤੂਬਰ 13, 2023 ਨੂੰ ਗੌਰਮੈਂਟ ਐਨਾਲਿਸਟ ਪੰਜਾਬ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਸੈਂਪਲ ਜਿਹੜੇ ਕਲੈਕਟ ਕੀਤੇ ਗਏ ਨਾ ਟਕਿਆਰ ਡੀ ਡਿਕਸ਼ਨ ਸੈਂਟਰ ਤੋਂ, ਜਿਹੜੇ ਜਿਹੜੀ ਦਵਾਈ ਜਿਹੜੀ ਉੱਥੇ ਆ ਆਰਬਰ ਬਾਇਓਟੈਕ ਦੀ ਬਣੀ ਹੋਈ ਆ, ਉਹ ਨਾ ਸਟੈਂਡਰਡ ਕੁਆਲਿਟੀ ਦੀ ਨਹੀਂ ਹੈਗੀ ਜੀ। ਆਉਂਦਾ ਵੀ ਅੰਡਰ ਸੈਡ ਇਨ ਓਪੀਨੀਅਨ ਅੰਡਰ ਸਾਈਡ ਆਹ ਦਾ ਔਰਡਰ ਦੇ ਵਿੱਚ ਉਹਨੇ ਲਿਖਿਆ ਵੀ ਮੈਂ ਆਪਣੇ ਕਹਿੰਦਾ ਵੀ ਜਿਹੜੇ ਸੈਂਪਲਸ ਹੈਗੇ ਆ ਅਬਵ ਇਜ਼ ਨਾਟ ਆਫ ਸਟੈਂਡਰਡ ਕੁਆਲਿਟੀ ਜੀ, ਸਟੈਂਡਰਡ ਕੁਆਲਿਟੀ ਦੇ ਨਹੀਂ ਹੈਗੇ, ਉਹ ਸਭ ਸਟੈਂਡਰਡ ਹੈਗੇ ਆ ਇਨ ਦਾ ਡਰੱਗਜ਼ ਐਂਡ ਕੋਸ ਡਿਫਾਈਨਡ ਇਨ ਦਾ ਡਰੱਗਜ਼ ਐਂਡ ਕੋਸਮੈਟਿਕ ਐਕਟ 1940 ਐਂਡ ਰੂਲਸ ਦੇਅਰ ਅੰਡਰ ਜੀ। ਉਹ ਕਹਿੰਦਾ ਵੀ ਵੇਖੋ ਇਹ ਕੀ ਕੀਤਾ ਇਹਨੇ, ਕਰਦਾ ਵਾ ਕੰਟੈਕਟ ਜਿਹੜੇ ਬਿਊਪੀਨ ਓਰਫਨ ਦੇ ਆ ਉਹ ਗੋਲੀ ਦੇ ਵਿੱਚ ਹੋਣੇ ਚਾਹੀਦੇ ਸੀ 2.0 mg ਪਰ UC ਟੇਬਲੇਟ ਜੀ, ਅਤੇ ਨਿਕਲੇ 1.58 mg ਪਰ UC ਟੇਬਲੇਟ। ਇਹਦਾ ਮਤਲਬ ਵੀ ਜਿਹੜੀ ਦਵਾਈ ਦੇ ਵਿੱਚ ਬਿਊਪੀ ਨਾਰਫੇ ਦੀ ਮਾਤਰਾ ਸੀ 78.81% ਘੱਟ ਸੀ, ਮਤਲਬ ਨੌਂ ਵਾਲੀ ਮਤਲਬ ਨਿਕਲੀ 21% ਘੱਟ ਨਿਕਲੀ ਨਾ ਜੀ 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 ਜੀ, ਅਤੇ ਫਿਰ 21% ਘੱਟ ਨਿਕਲੀ, 21.1% ਲੈਸ ਨਿਕਲੀ ਇਸ ਗੋਲੀ ਦੀ ਸਟਰੈਂਥ ਜਿਹੜੀ ਆ ਜੀ। ਅਤੇ ਆਉਂਦੇ ਵੀ ਜੇ ਇਹ ਕਲੀਅਰ ਕੇਸ ਹੈਗਾ ਫਰਾਡ ਚੀਟਿੰਗ ਦਾ, ਜਿਹੜੇ ਮਜਬੂਰ ਵਿਚਾਰੇ ਮਰੀਜ਼ ਨਸ਼ੇ ਦੇ ਉੱਤੇ ਲੱਗੇ ਆ ਛਡਾਉਣ 'ਤੇ ਆਉਂਦੇ, ਉਹਨਾਂ ਦਾ ਫਰਾਡ ਆ ਚੀਟਿੰਗ ਆ, ਅਤੇ ਸਰਕਾਰ ਨੂੰ ਤਾਂ ਇਹਦੇ 'ਤੇ ਕੇਸ ਰਜਿਸਟਰ ਕਰਾ ਦੇਣਾ ਚਾਹੀਦਾ ਸੀ। ਜਿੱਦਾਂ ਮੋਟਾ ਮੋਟਾ ਸਾਹਿਬ ਜੇ ਆਪਾਂ 1 ਕਿਲੋ ਚੀਜ਼ ਲੈਣ ਜਾਈਏ ਜੀ ਬਾਜ਼ਾਰ ਭੰਡਾਰੀ ਸਾਹਿਬ ਜੀ, ਅਤੇ ਸਾਨੂੰ ਅਗਲਾ ਦੇਵੇ 780 ਗ੍ਰਾਮ ਜੀ ਚੀਜ਼, ਦੇਖੋ ਕਿੰਨਾ ਘਾਟਾ ਜੀ। ਉਹ ਜਿੱਦਾਂ ਦੀ ਕਹਿੰਦੇ ਵੀ ਇੱਕ ਮਰੀਜ਼ ਇਹਦੇ ਸੈਂਟਰ ਦੇ ਵਿੱਚ ਜਿਹੜੇ ਪ੍ਰਾਈਵੇਟ ਸੈਂਟਰ ਲੋਕ ਜ਼ਿਆਦਾ ਜਾਂਦੇ ਆ ਜੀ, ਜੇ ਸਰਕਾਰੀ 'ਚ 100-200-250 ਮਰੀਜ਼ ਰੋਜ਼ ਦਾ ਹੁੰਦਾ ਤਾਂ ਇਹਦੇ 'ਤੇ 300-500 ਹੋਊਗਾ ਮਰੀਜ਼, ਅਤੇ ਜੇ 30 ਇਹਦੇ ਸੈਂਟਰ ਆ ਅਤੇ ਰੋਜ਼ਾਨਾ ਵੇਖ ਲਓ 50,000 ਮਰੀਜ਼ ਸੈਂਟਰਾਂ ਜਾਂਦੇ ਹੋਣੇ। ਸਟੋਰੀ ਕੀਤੀ ਸੀ ਇੱਕ ਅੰਕੜੇ ਦੇ ਮੁਤਾਬਿਕ ਹਰ ਰੋਜ਼ ਕੋਈ 8-9 ਲੱਖ, ਆਪਾਂ ਐਵਰੇਜ ਲਾ ਲਈਏ ਚਲੋ 10-20 ਹਜ਼ਾਰ ਉੱਪਰ ਥੱਲੇ ਹੋ ਸਕਦਾ, 9 ਲੱਖ ਬੰਦਾ ਇਹ ਨਸ਼ਾ ਛੁਡਾਊ ਦੀ ਕੇਂਦਰਾਂ ਵਿੱਚ ਗੋਲੀ ਖਾਂਦਾ ਜੇ। ਅਤੇ ਤੁਸੀਂ ਦੇਖੋ ਗੋਲੀ ਸਪਲਾਈ ਹੋਣੀ ਹੁੰਦੀ ਹੈ ਇਹ 7 ਰੁਪਏ ਦੀ,
8 ਰੁਪਏ ਦੀ ਮੰਨ ਲਈਏ, ਅਤੇ ਕਿੰਨੇ ਦੀ ਗੋਲੀ ਰਕੇਸ਼ ਜੀ ਰੋਜ਼ ਦੀ ਬਣ ਗਈ? 72 ਲੱਖ ਰੁਪਏ ਦੀ ਗੋਲੀ ਰੋਜ਼ ਦੀ ਬਣ ਗਈ, ਅਤੇ ਜੇ ਉਹ ਵੇਚੀ 30 ਰੁਪਏ ਦੀ, 38 ਰੁਪਏ ਦੀ, ਮਤਲਬ 30 ਰੁਪਏ ਮਹਿੰਗੀ, ਰਕੇਸ਼ ਜੀ ਕੈਲਕੂਲੇਸ਼ਨਾਂ ਮੁੱਕ ਜਾਂਦੀਆਂ। ਤੁਸੀਂ ਇਹ ਦੇਖੋ 8 ਕਰੋੜ 9 ਕਰੋੜ ਰੁਪਏ ਦਾ ਰੋਜ਼ ਦਾ ਜਿਹੜਾ ਉਹ ਕਪਲਾ, ਅਤੇ ਕਿੱਥੇ ਗੱਲ ਜਾਂਦੀ ਹੈ? ਅਤੇ ਫਿਰ ਰਕੇਸ਼ ਜੀ 1000 ਕਰੋੜ ਦਾ ਕਪਲਾ ਹੈ, ਅਤੇ ਮੈਂ ਜਦੋਂ ਸਿਹਤ ਮੰਤਰੀ ਤੱਕ ਤਾਂ ਕਈ ਯਾਰ ਵਾਕਿਆ ਗੱਲ 1000 ਕਰੋੜ ਦਾ ਬਣ ਗਿਆ। ਵੇਖੋ ਜੀ, ਜਦੋਂ ਜਿਹੜੇ ਸਿਹਤ ਮੰਤਰੀ ਨੇ ਇਨਕੁਆਇਰੀ ਮਾਰ ਕੀਤੀ, ਉਹਨਾਂ ਦੁਬਾਰਾ ਪਤਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਵੀ ਜਿਹੜੀ ਮੈਂ ਇਨਕੁਆਇਰੀ ਮਾਰ ਕੀਤੀ ਉਹਦੀ ਕੀ ਬਣਿਆ? ਦੇਖੋ ਇਸ ਸਾਰੀ ਖਬਰ ਉਸ ਵੇਲੇ ਦੇ ਮੁੱਖ ਮੰਤਰੀ ਨੇ ਇਹਨੂੰ ਕਿਉਂ ਨਹੀਂ ਵੇਖਿਆ? ਜੇ ਉਹਨੇ ਨਹੀਂ ਵੇਖਿਆ, ਜਿਹੜੀ ਆ ਬਦਲਾਅ ਵਾਲੀ ਸਰਕਾਰ ਆਈ ਇਹ ਵੇਖ ਲੈਂਦੀ। ਕਿ ਜੀ ਇਹ ਵੀ ਹੈਰਾਨ ਆ ਵੀ ਕਿਸੇ ਨੈਸ਼ਨਲ ਮੀਡੀਆ ਵੇਖ ਲਓ ਸੱਚਾਈ ਘਟਾਲੇ ਦਾ ਕੁਛ ਨਹੀਂ ਬਣਿਆ, ਨੈਸ਼ਨਲ ਚੈਨਲ ਇਹਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਦੇਖੋ ਇਸ ਨੂੰ ਲੈ ਕੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਰੋਹਿਤ ਟਕਿਆਰ ਦੇ ਨਾਲ, ਜਿਨ੍ਹਾਂ ਦੇ ਉੱਪਰ ਆਰੋਪ ਲੱਗ ਰਹੇ ਨੇ, ਪਰ ਉਹਨਾਂ ਨੂੰ ਮੈਂ 6-7 ਵਾਰੀ ਫੋਨ ਕੀਤਾ ਪਰ ਉਹਨਾਂ ਨੇ ਸਾਡਾ ਫੋਨ ਰਿਸੀਵ ਨਹੀਂ ਕੀਤਾ। ਮੈਂ ਉਹਨਾਂ ਨੂੰ ਮੈਸੇਜ ਲਿਖ ਕੇ ਪਾਤਾ ਵੀ ਤੁਹਾਡੇ ਉੱਤੇ ਰੋਹਿਤ ਜੀ ਇਹ ਆਰੋਪ ਲੱਗੇ, ਤੁਹਾਡੀ ਕੰਪਨੀ ਨੇ ਇਸ ਤਰ੍ਹਾਂ ਦਵਾਈ ਸਪਲਾਈ ਕੀਤੀ ਸੀ ਜਿਹਦੇ ਉੱਤੇ ਕੈਗ ਦੀ ਰਿਪੋਰਟ ਹੈ ਕਿ 100 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅਸੀਂ ਉਹਨਾਂ ਕੋਲ ਕਿਉਂਕਿ ਪੁੱਛਣਾ ਚਾਹੁੰਦੇ ਸਾਂ ਵੀ ਤੁਹਾਡਾ ਕੰਟਰੈਕਟ 73-74 ਰੁਪਏ 10 ਗੋਲੀਆਂ ਦਾ ਹੋਇਆ ਵੇਚਣ ਦਾ, ਤੁਸੀਂ 380 ਰੁਪਏ ਦੀ ਗੋਲੀ ਕਿਸ ਤਰ੍ਹਾਂ ਵੇਚ ਲਈਆਂ 10? ਪਰ ਉਹਨਾਂ ਨੇ ਸਾਡਾ ਫੋਨ ਰਿਸੀਵ ਨਹੀਂ ਕੀਤਾ ਅਤੇ ਨਾ ਹੀ ਕੋਈ ਫਿਲਹਾਲ ਮੈਸੇਜ ਦਾ ਜਵਾਬ ਆਇਆ। ਹਾਂ, ਉਹਨਾਂ ਦੇ ਕਿਸੇ ਦੋਸਤ ਦਾ ਫੋਨ ਜ਼ਰੂਰ ਮੈਨੂੰ ਆਉਂਦਾ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਅੰਮ੍ਰਿਤਸਰ ਦੇ ਤੁਸੀਂ ਰਹਿਣ ਵਾਲੇ ਹੋ, ਸਾਨੂੰ ਇਹ ਕਿਹਾ ਗਿਆ ਵੀ ਤੁਸੀਂ ਖਬਰ ਨਾ ਲਾਓ, ਅਤੇ ਸਾਡਾ ਕੰਮ ਤਾਂ ਦੇਖੋ ਖਬਰ ਲਾਉਣਾ ਹੈ, ਕਿਉਂਕਿ ਜਿਹੜੀ ਖਬਰ ਸਾਡੇ ਕੋਲ ਆਈ ਹੈ ਚੰਡੀਗੜ੍ਹ ਤੋਂ, ਇਹ ਖਬਰ ਜਿਹੜੇ ਵੱਡੇ ਕੁਛ ਅਫਸਰ ਨੇ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਮੈਂ ਇਸ ਨੂੰ ਲੈ ਕੇ ਜਿਹੜੇ ਮੌਜੂਦਾ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ, ਉਹਨਾਂ ਨੂੰ ਕਰੀਬ 5-6 ਵਾਰੀ ਫੋਨ ਕੀਤਾ, ਉਹਨਾਂ ਨੇ ਫੋਨ ਰਿਸੀਵ ਨਹੀਂ ਕੀਤਾ। ਇੱਕ ਵਾਰੀ ਉੱਥੇ ਅੰਮ੍ਰਿਤਸਰ ਆਏ ਸਨ, ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਡਾਕਟਰ ਸਾਹਿਬ ਤੁਸੀਂ ਮੰਤਰੀ ਬਣੇ ਹੋ ਅਤੇ 500 ਕਰੋੜ ਰੁਪਏ ਦਾ ਘੁਟਾਲਾ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਜਿਹੜੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਹੋਇਆ, ਅਤੇ ਉਦੋਂ ਕਹਿੰਦੇ ਸੀ ਮੈਂ ਜਾਂਚ ਕਰਾਵਾਂਗਾ। ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ, ਅਤੇ ਜਿਹੜੇ ਹੁਣ ਨਵੇਂ ਹੈਲਥ ਸੈਕਟਰੀ ਆਏ ਨੇ IAS ਕੁਮਾਰ ਰਾਹੁਲ, ਮੈਂ ਉਹਨਾਂ ਨੂੰ ਵੀ ਫੋਨ ਕੀਤਾ, ਅਤੇ ਮੈਸੇਜ ਉਹਨਾਂ ਦੇ ਫੋਨ ਦੇ ਉੱਤੇ ਵੀ ਮੈਂ ਲਿਖ ਕੇ ਹੁਣੇ ਪਾ ਦਿਆਂਗਾ ਵੀ ਇਹ ਕੀ ਇਨਸਾਫ ਮਿਲੇਗਾ ਜਾਂ ਇਸ ਮਾਮਲੇ ਨੂੰ ਫਿਰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਏਗਾ। ਮਤਲਬ ਇਹ ਹੈ ਕਿ ਦੇਖੋ ਸੜਕਾਂ ਟੁੱਟੀਆਂ, ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ, ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ, ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਦੀ ਪਈਆਂ। ਕਿਸ ਤਰ੍ਹਾਂ ਅਸੀਂ ਪਹਿਲੇ ਲੋਕਲ ਬਾਡੀ ਦੇ ਘੁਟਾਲੇ ਸਾਹਮਣੇ ਲਿਆਉਂਦੇ ਸਨ, ਹੁਣ ਹੈਲਥ ਡਿਪਾਰਟਮੈਂਟ ਦਾ ਇੱਕੋ ਹੀ ਘੁਟਾਲਾ, ਇਹ 1000 ਕਰੋੜ ਰੁਪਏ ਦਾ ਹੈ, ਅਤੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਮਗਰਮੱਛ ਸ਼ਾਮਲ ਹੈ। ਅਤੇ ਇਹ ਵੀ ਬਿਲਕੁਲ ਠੀਕ ਹੈ, ਜਿਹੜਾ ਬੰਦਾ ਇਹਨਾਂ ਦੇ ਖਿਲਾਫ਼ ਕੋਈ ਆਵਾਜ਼ ਚੁੱਕਦਾ, ਕੋਈ ਖਬਰ ਨਸ਼ਰ ਕਰਦਾ ਜਾਂ ਕੋਈ ਸ਼ਿਕਾਇਤ ਕਰਦਾ, ਇਹ ਉਸ ਨੂੰ ਵੀ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹਦੇ ਖਿਲਾਫ਼ ਸ਼ਡਯੰਤਰ ਘੜਨ ਲੱਗ ਪੈਂਦੇ ਨੇ, ਕਿਉਂਕਿ ਇਹਨਾਂ ਦੇ ਹੱਥ ਬਹੁਤ ਲੰਬੇ ਨੇ। ਸਾਡਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਸਾਨੂੰ ਉਮੀਦ ਹੈ, ਕਿਉਂਕਿ ਕੱਟੜ ਇਮਾਨਦਾਰ ਸਰਕਾਰ ਦੇ ਉਹ ਕੱਟੜ ਇਮਾਨਦਾਰ ਮੁੱਖ ਮੰਤਰੀ ਨੇ। ਮੁੱਖ ਮੰਤਰੀ ਸਾਹਿਬ ਤੁਸੀਂ ਤਹਿਸੀਲਾਂ 'ਚ ਜਾ ਰਹੇ ਹੋ, ਬਿਲਕੁਲ ਚੰਗੀ ਗੱਲ ਹੈ, ਲੋਕਾਂ ਨੂੰ ਉੱਥੇ ਇਹ ਪਤਾ ਲੱਗਣਾ ਚਾਹੀਦਾ ਕਿ ਹੁਣ ਮੁੱਖ ਮੰਤਰੀ ਐਕਟਿਵ ਹੋ ਗਏ ਨੇ, ਅਤੇ ਇਸ ਕਰਕੇ ਸਾਡੀ ਇਸ ਖਬਰ ਨੂੰ ਜਿਹੜੀ ਕਿ ਅਸੀਂ ਤੁਹਾਨੂੰ ਟੈਗ ਕਰ ਦਿਆਂਗੇ ਉੱਤੇ ਸੰਗਿਆਨ ਲਓ, ਅਤੇ ਇਹਦੀ ਪੂਰੀ ਰਿਪੋਰਟ ਜਿਹੜੀ ਹੈ ਅੱਜ ਤੱਕ ਇਹ ਕਿੱਡਾ ਵੱਡਾ ਘੁਟਾਲਾ ਹੋ ਚੁੱਕਿਆ ਜਨਤਾ ਦੇ ਸਾਹਮਣੇ ਲਿਆਓ, ਅਤੇ ਜਿਨ੍ਹਾਂ ਨੇ ਉਹ ਪੈਸਾ ਖਾਧਾ, ਭਾਵੇਂ ਉਹ ਕੋਈ ਅਫਸਰ ਹੈ, ਭਾਵੇਂ ਉਹ ਕੋਈ ਲੀਡਰ ਹੈ, ਉਹਨਾਂ ਕੋਲੋਂ ਇਹ ਪੈਸੇ ਦੀ ਭਰਪਾਈ ਕਰੋ, ਨਹੀਂ ਤਾਂ ਫਿਰ ਪੰਜਾਬ ਜਿਹੜਾ ਉਹ ਤਾਂ ਫਿਰ ਇਸ ਤਰ੍ਹਾਂ ਕੰਗਲਾਈ ਪੰਜਾਬ ਬਣੇਗਾ। ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ, ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।